ਮੁੰਡਲ ਕਰਦੇ ਆ ਦੋ ਟੁਕ ਦੀ ਜਿਸ 'ਚ ਅੱਜ ਆਹਮੋ ਸਾਹਮਣੇ ਨੇ ਸੂਬੇ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਤੇ ਮੁੱਦਾ ਹੈ ਟਰਾਂਸਫਰ ਪਾਲਿਸੀ ਦਾ। ਜਿਹੜੀਆਂ ਕਰਮਚਾਰੀਆਂ ਦੀਆਂ ਬਦਲੀਆਂ ਹੁੰਦੀਆਂ ਉਹਦੇ ਵਿੱਚ ਕਰਮਚਾਰੀ ਦੀ ਸੁਵਿਧਾ ਅਨੁਸਾਰ ਉਹਨਾਂ ਦੀ ਬਦਲੀਆਂ ਕਰਨਾ ਚਾਹੁੰਦੇ ਆ ਤਾਂ ਕਿ ਜਿੱਥੇ ਉਹ ਜਾਣਾ ਚਾਹੁੰਦੇ ਆ ਜਾਂ ਜਿੱਥੇ ਰਹਿਣਾ ਚਾਹੁੰਦੇ ਆ ਉਹ ਸਰਕਾਰ ਦਾ ਕੰਮ ਕੰਫਰਟੇਬਲੀ ਆਪਣੀ ਸੁਵਿਧਾ ਅਨੁਸਾਰ ਕਰਨ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕੰਮ ਕਰਨ ਦੇ ਵਿੱਚ। ਇਹ ਨਾ ਹੋਵੇ ਉਹਨੂੰ 60-70 ਕਿਲੋਮੀਟਰ ਪਹਿਲੇ ਚੱਲ ਕੇ ਜਾਣਾ ਪਵੇ ਫਿਰ ਵਾਪਸ ਆਉਣਾ ਪਵੇ ਜਿਹਦੇ ਨਾਲ ਕਰਮਚਾਰੀ ਨੂੰ ਬੜੀ ਦਿੱਕਤ ਹੋ ਸਕਦਾ ਹੈ, ਕੋਈ ਕਮੀ ਪੇਸ਼ੀ ਹੋਵੇ, ਪਰ ਹਰ ਸਰਕਾਰ 'ਚ ਉਹੀ ਬਾਊ ਨੇ ਜਿਹੜੇ ਪਾਲਿਸੀ ਜਿਹੜੀ ਪਹਿਲਾਂ ਜਾਰੀ ਕਰਦੇ ਆ ਅਤੇ ਅੱਜ ਵੀ ਉਹੀ ਹੈ। ਪਿਛਲੇ ਵਾਰੀ ਦੀ ਜੇ ਤੁਸੀਂ ਪਿਛਲੇ  3 ਸਾਲਾਂ ਦੀਆਂ ਵੀ ਕੱਢ ਲਓਗੇ ਤਾਂ ਆਹੀ ਪਾਲਿਸੀ ਹੁੰਦੀ ਹੈ, ਕਿਉਂਕਿ ਇੱਕ ਬਣਿਆ ਬਣਾਇਆ ਸੈੱਟ ਜਾਂ ਆਰਡਰ ਹੈਗਾ ਉਹ ਗਵਰਨਮੈਂਟ ਕਰ ਦਿੰਦੀ ਹੈ। ਸਵਾਲ ਇਹ ਹੈ ਕਿ ਤੁਸੀਂ ਉਸ ਪਾਲਿਸੀ 'ਤੇ ਪਹਿਰਾ ਕਿੰਨਾ ਦਿੰਦੇ ਹੋ? ਅੱਜ ਤਾਂ ਹਲੇ ਜਾਰੀ ਹੋਈ ਹੈ, ਫਿਰ ਜਦੋਂ ਬਦਲੀਆਂ ਹੋਣਗੀਆਂ, ਬਦਲੀਆਂ ਹੋਣ ਤੋਂ ਬਾਅਦ ਉਹਦੇ 'ਤੇ ਪਹਿਰਾ ਕਿੰਨਾ ਕੁ ਸਰਕਾਰ ਦੇ ਸਕਦੀ ਹੈ? ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂਗੇ। ਇਹ ਰੂਟੀਨ ਦਾ ਕੰਮ ਹੈ ਔਰ ਹਰੇਕ ਸਰਕਾਰ ਦਾ ਹੁੰਦਾ, ਮੇਰੇ ਖਿਆਲ ਕੋਈ ਇਹ ਕੋਈ ਵੱਡਾ ਮਾਰਕੇ ਵਾਲੀ ਗੱਲ।